ਕਾਂਗਰਸ ਛੱਡ ਆਪ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਤੋਂ ਵੀ ਹੁਣ ਬਾਗੀ ਹੋ ਚੁੱਕੇ ਨੇਤਾ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਗੱਡੀ ਨੇ ਇੱਕ 6 ਸਾਲ ਦੇ ਮਾਸੂਮ ਬੱਚੇ ਨੂੰ ਕੁਚਲ ਦਿੱਤਾ। ਇਹ ਹਾਦਸਾ ਫਰੀਦਕੋਟ ਦੇ ਫਿਰੋਜ਼ਪੁਰ ਰੋਡ ਤੇ ਉਸ ਸਮੇਂ ਹੋਇਆ ਜਦੋਂ ਵਿਰੋਧੀ ਧਿਰ ਦੇ ਸਾਬਕਾ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਬਾਗੀ MLA ਸੁਖਪਾਲ ਸਿੰਘ ਖਹਿਰਾ ਦਾ ਕਾਫਲਾ ਫਰੀਦਕੋਟ ਵਿੱਚੋਂ ਦੀ ਗੁਜ਼ਰ ਰਿਹਾ ਸੀ। ਕਾਫਲਾ ਜਦੋਂ ਪਿੰਡ ਗੋਲੇਵਾਲਾ ਸਾਈਡ ਤੋਂ ਆਇਆ ਤਾਂ ਕਾਫਲੇ ਵਿੱਚ ਸ਼ਾਮਿਲ ਪਾਇਲਟ ਗੱਡੀ ਨੇ ਫਰੀਦਕੋਟ ਦੀ ਨਾਨਕਸਰ ਬਸਤੀ ਦੇ ਕੋਲ ਇੱਕ 6 ਸਾਲਾ ਮਾਸੂਮ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਕਾਰਨ ਬੱਚਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਉਸ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਕੱਲ੍ਹ ਸ਼ਾਮ ਦੇ ਟਾਈਮ ਜੀ ਸਾਡੇ ਰੋਡ ਦੇ ਉੱਤੇ ਯਾਨੀ ਕਿ ਇੱਕ ਕਾਫਲਾ ਲੰਘਿਆ ਸੀਗਾ ਅਤੇ ਉਹਦੇ ਤੋਂ ਇੱਕ ਬੱਚੇ ਦਾ ਐਕਸੀਡੈਂਟ ਹੋ ਗਿਆ ਸੀਗਾ। ਬੱਚੇ ਦੇ ਕਾਫੀ ਸੱਟਾਂ ਵੱਜੀਆਂ ਸੀ, ਇਹਨੂੰ ਐਮਰਜੈਂਸੀ ਦੇ ਵਿੱਚ ਲਿਆ ਕੇ ਅਸੀਂ ਦਾਖਲ ਕਰਾਇਆ ਹੈ। ਸੁਣਨ ਦੇ ਵਿੱਚ ਆਇਆ ਜੀ ਉੱਥੇ ਬੰਦੇ ਦੱਸ ਰਹੇ ਸੀਗੇ ਕਿ ਸੁਖਪਾਲ ਸਿੰਘ ਖਹਿਰਾ ਦਾ ਕਾਫਲਾ ਸੀਗਾ ਜੀ, ਜਿਹਦੀ ਗੱਡੀ ਦੇ ਨਾਲ ਪਾਇਲਟ ਗੱਡੀ ਨਾਲ ਬੱਚਾ ਜਿਹਦੇ ਨਾਲ ਟਕਰਾਇਆ ਜੀ। ਬੱਚੇ ਦੀ ਹਾਲਾਤ ਤਾਂ ਬਹੁਤ ਸੀਰੀਅਸ ਆ ਜੀ ਵੈਸੇ, ਪਰ ਉਹ ਜਿਹੜੇ ਬੰਦੇ ਛੱਡ ਕੇ ਗਏ ਸੀਗੇ ਉਹ ਇਲਾਜ ਵੀ ਕਰਵਾ ਰਹੇ ਹੈ। ਅਸੀਂ ਚਾਹੁੰਦੇ ਹਾਂ ਬਸ ਵੀ ਇਹ ਗਰੀਬ ਬੰਦਾ ਵਿਚਾਰਾ ਮਜ਼ਦੂਰੀ ਕਰਨ ਵਾਲਾ ਬੰਦਾ ਜਿਹਦਾ ਬੱਚਾ ਹੈ ਤੇ ਵੀ ਉਹਦਾ ਬਸ ਕੱਲਾ ਇਲਾਜ ਕਰਾਇਆ ਜਾਵੇ। ਬੱਚੇ ਦੇ ਪਰਿਵਾਰਿਕ ਮੈਂਬਰਾਂ ਮੁਤਾਬਕ ਬੱਚਾ ਬੀਤੀ ਸ਼ਾਮ ਕਿਸੇ ਲੀਡਰ ਦੇ ਕਾਫਲੇ ਦੀ ਗੱਡੀ ਹੇਠ ਆ ਗਿਆ ਸੀ, ਪਰ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਗੱਡੀ ਸੁਖਪਾਲ ਸਿੰਘ ਖਹਿਰਾ ਦੇ ਕਾਫਲੇ ਦੀ ਪਾਇਲਟ ਗੱਡੀ ਸੀ। ਜਦਕਿ ਮੁੱਖ ਅਫਸਰ ਗੁਰਦੀਪ ਸਿੰਘ ਦਾ ਕਹਿਣਾ ਹੈ ਕਿ ਪੀੜਤ ਪਰਿਵਾਰ ਵੱਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ ਉਸ ਦੇ ਆਧਾਰ ਤੇ ਹੀ ਕਾਰਵਾਈ ਹੋਵੇਗੀ। ਸੁਣੋ ਕਿ ਅਰਜਨ ਨਾਮ ਦਾ ਲੜਕਾ 6 ਸਾਲ ਦੀ ਉਮਰ, ਫਿਰੋਜ਼ਪੁਰ ਰੋਡ ਤੇ ਨਾਨਕਸਰ ਬਸਤੀ ਕੋਲ ਕੋਈ ਐਕਸੀਡੈਂਟ ਕਿਸੇ ਗੱਡੀ ਨਾਲ ਹੋਇਆ, ਖੇਡਦਾ ਖੇਡਦਾ ਕਿਤੇ ਬਾਹਰ ਆ ਗਿਆ ਸੀ ਪਤਾ ਲੱਗਿਆ, ਤੋ ਦਾਖਲ ਉਹ ਜਿਵੇਂ ਬਿਆਨ ਦੇਣਗੇ ਉਹਦੇ ਮੁਤਾਬਕ ਕਰਨਗੇ। ਹਾਲਾਂਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਪਾਇਲਟ ਗੱਡੀ ਦਾ ਡਰਾਈਵਰ ਹੀ ਬੱਚੇ ਨੂੰ ਹਸਪਤਾਲ ਲੈ ਕੇ ਆਇਆ, ਪਰ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਵੀ ਫਰਜ਼ ਨਹੀਂ ਸਮਝਿਆ ਕਿ ਉਹ ਬੱਚੇ ਦੇ ਮਾਂ-ਬਾਪ ਨੂੰ ਮਿਲ ਲਵੇ ਜਾਂ ਫਿਰ ਬੱਚੇ ਦਾ ਹਾਲ-ਚਾਲ ਜਾਣ ਲਵੇ। ਫਰੀਦਕੋਟ ਤੋਂ ਗੁਰਜੀਤ ਸਿੰਘ ਰੋਮਾਣਾ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਆ ਗਿਆ ਹੈ ਪੱਲੇ ਪੱਲੇ 24 ਘੰਟੇ ਦਾ ਸੁਪਰ ਹਿੱਟ ਪੰਜਾਬੀ 뮤직 ਟੀਵੀ ਚੈਨਲ। ਹੇ ਯੂ ਆਰ ਵਾਚਿੰਗ ਵਰਲਡ ਵਾਈਡ ਸੁਪਰ ਹਿੱਟ ਪੰਜਾਬੀ 뮤직 ਸੈਟੇਲਾਈਟ ਟੀਵੀ ਚੈਨਲ ਬੱਲੇ ਬੱਲੇ।